ਲੋਕ ਸਭਾ ਚੋਣਾਂ ਨੇੜੇ ਨੇ ਅਤੇ ਅਜਿਹੇ ਵਿੱਚ ਹਰ ਕੋਈ ਚੌਕੀਦਾਰ ਨੂੰ ਚੋਰ ਦੱਸ ਰਿਹਾ। ਵਿਰੋਧੀਆਂ ਵੱਲੋਂ ਚੌਕੀਦਾਰ ਨੂੰ ਚੋਰ ਦੱਸਣਾ ਸਹੀ ਹੈ ਜਾਂ ਗਲਤ ਹੈ ਇਹ ਤਾਂ ਪਤਾ ਨਹੀਂ, ਪਰ ਚੌਕੀਦਾਰ ਚੋਰ ਜ਼ਰੂਰ ਹੈ। ਉਹ ਚੌਕੀਦਾਰ ਜਿਸ ਨੂੰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਜੇ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਅਜਿਹੇ ਹੀ ਚੋਰ ਨੂੰ ਕਾਬੂ ਕੀਤਾ ਗਿਆ ਜੋ ਅਸਲ ਵਿੱਚ ਚੌਕੀਦਾਰ ਹੈ। ਦਰਅਸਲ ਅੰਮ੍ਰਿਤਸਰ ਪੁਲਿਸ ਨੇ ਬੱਕਰੀਆਂ ਚੋਰੀ ਕਰਨ ਵਾਲੇ ਇੱਕ ਗਿਰੋਹ ਨੂੰ ਕਾਬੂ ਕੀਤਾ ਅਤੇ ਇਸ ਗਿਰੋਹ ਦਾ ਇੱਕ ਮੈਂਬਰ ਪੁਲਿਸ ਮੁਲਾਜ਼ਮ ਹੈ ਅਤੇ ਇਸ ਪੁਲਿਸ ਮੁਲਾਜ਼ਮ ਦਾ ਨਾਮ ਸਰਬਜੀਤ ਸਿੰਘ ਹੈ। ਜਨਾਬ ਸਰਕਾਰ ਪਾਸੋਂ ਤਾਂ ਤਨਖਾਹ ਲੈ ਹੀ ਰਹੇ ਨੇ ਅਤੇ ਇੱਧਰ ਬੱਕਰੀਆਂ ਚੋਰੀ ਕਰਕੇ ਉੱਪਰ ਦੀ ਕਮਾਈ ਵੀ ਜੁਟਾ ਰਹੇ ਨੇ, ਪਰ ਕਹਿੰਦੇ ਨੇ ਕਿ ਚੋਰ ਇੱਕ ਦਿਨ ਫਸ ਜ਼ਰੂਰ ਜਾਂਦਾ। ਹੋਇਆ ਵੀ ਇੰਜੀ, ਹੁਣ ਸਰਬਜੀਤ ਸਿੰਘ ਬੱਕਰੀ ਚੋਰੀ ਕਰਦਾ ਫੜਿਆ ਗਿਆ ਅਤੇ ਪੁਲਿਸ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ। ਇਹ ਪੁਲਿਸ ਮੁਲਾਜ਼ਮ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿੱਚ ਡਿਊਟੀ ਕਰਦਾ। ਲੋਕਾਂ ਨੇ ਇਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜਿਸ ਵਿਅਕਤੀ ਦੀ ਬੱਕਰੀ ਚੋਰੀ ਕੀਤੀ ਗਈ ਹੈ ਉਸਦੇ ਮੁਤਾਬਿਕ ਉਸਦੀਆਂ 5 ਬੱਕਰੀਆਂ ਚੋਰੀ ਹੋ ਚੁੱਕੀਆਂ ਨੇ ਅਤੇ ਹੁਣ ਇਸ ਪੁਲਿਸ ਵਾਲੇ ਨੂੰ ਕਾਬੂ ਕੀਤਾ ਗਿਆ। ਗੱਲ ਇਹ ਹੋਈ ਜੀ, ਅੱਜ ਤੋਂ 3-4 ਮਹੀਨੇ ਪਹਿਲਾਂ ਵੀ ਸਾਡੀਆਂ ਬੱਕਰੀਆਂ ਚੋਰੀ ਹੋਈਆਂ ਅਤੇ ਉਸ ਤੋਂ ਬਾਅਦ ਅਸੀਂ ਇਹਨਾਂ ਚੋਰਾਂ ਦੀ ਭਾਲ ਦੇ ਵਿੱਚ ਹਾਂ। ਫਿਰ ਉਸ ਤੋਂ ਬਾਅਦ ਸਾਡੇ ਅੱਜ ਹਫ਼ਤਾ ਕੁ ਹੋ ਗਿਆ ਬੱਕਰੀ ਫਿਰ ਚੋਰੀ ਹੋ ਗਈ ਆ, ਜੋ ਕਿ ਅਸੀਂ CC ਕੈਮਰਿਆਂ ਵਿੱਚ ਇਹਨਾਂ ਦੀਆਂ ਫੋਟੋਆਂ ਦੇਖੀਆਂ। ਦੇਖ ਕੇ ਫਿਰ ਸਾਨੂੰ ਅਸੀਂ ਆਪਣੇ ਐਪਲੀਕੇਸ਼ਨ ਦਿੱਤੀ ਚੌਂਕੀ ਨਿਊ ਗੋਲਡਨ ਐਮ ਨੂੰ। ਉਸ ਤੋਂ ਬਾਅਦ ਅਸੀਂ ਇਹਨਾਂ ਚੋਰਾਂ ਦੀ ਭਾਲ 'ਚ ਹਾਂ। ਉਹਦੇ 'ਚ ਸਾਨੂੰ ਪਤਾ ਲੱਗਾ ਵੀ ਇੱਕ ਪੁਲਿਸ ਮੁਲਾਜ਼ਮ ਆ ਜੋ ਕਿ ਵਰਦੀ ਦੇ ਵਿੱਚ ਹੀ ਘੁੰਮਦਾ ਸੀ। ਅੱਜ ਸਾਡੇ ਉਹ ਮਤਲਬ ਕਾਬੂ ਆ ਗਿਆ ਫਿਰ, ਅਤੇ ਅਸੀਂ ਉਹਨਾਂ ਨੂੰ ਲੈ ਕੇ ਇਹਦੇ ਇੱਥੇ ਚੌਂਕੀ ਦੇ ਹਵਾਲੇ ਕੀਤਾ। ਜਦੋਂ ਚੋਰੀ ਕਰਦਾ ਸੀ ਉਦੋਂ ਵਰਦੀ 'ਚ ਚੋਰੀ ਕਰਦਾ ਸੀ ਜਾਂ ਸਿਵਲ 'ਚ ਕਰਦਾ ਸੀ? ਵਰਦੀ 'ਚ ਕਰਦਾ ਸੀ, ਜਿਹਦੇ ਉੱਤੇ ਸਿਵਲ ਕੀਤੀ ਹੁੰਦੀ, ਚਿੱਟੇ ਰੰਗ ਦੀ ਜੈਕਟ ਪਾਈ ਹੁੰਦੀ। ਚੋਰੀ ਵਰਦੀ 'ਚ ਕਰਦਾ ਸੀ ਅਤੇ ਉੱਤੇ ਜੈਕਟ 'ਚ ਚਿੱਟੇ ਰੰਗ ਦੀ ਪਾਈ ਹੁੰਦੀ। ਅਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਅੱਜ ਉਹ ਚੋਰੀ ਕਰਨ ਵਾਸਤੇ ਆ ਰਿਹਾ? ਸਾਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਕਿਉਂਕਿ ਇਹ ਪਹਿਲਾਂ ਵੀ ਸਾਡੇ ਮੁਹੱਲੇ ਦੇ 'ਚ ਆਉਂਦਾ ਜਾਂਦਾ ਰਿਹਾ, ਇਸ ਕਰਕੇ ਸਾਨੂੰ ਪਤਾ ਵੀ ਇਹ ਪੁਲਿਸ ਮੁਲਾਜ਼ਮ ਆ। ਫਿਰ ਕੁਛ ਅਸੀਂ CC ਕੈਮਰਿਆਂ 'ਚ ਪਤਾ ਲੱਗਾ, ਮੋਟਰਸਾਈਕਲ ਦੇ ਨੰਬਰ ਨੋਟ ਕੀਤਾ, ਅਗਲੇ ਪਾਸੇ ਪੁਲਿਸ ਦਾ ਸਟਿੱਕਰ ਲੱਗਾ ਸੀ, ਉੱਥੋਂ ਸਾਨੂੰ ਪਤਾ ਲੱਗਾ ਕਿ ਪੁਲਿਸ ਮੁਲਾਜ਼ਮ ਆ। ਅਤੇ ਪਹਿਲਾਂ ਤੋਂ ਹੀ ਪੁਲਿਸਾਂ ਨੇ ਕੰਪਲੇਨ ਕੀਤੀ ਸੀ ਇਸ ਚੀਜ਼ ਦੀ ਵੀ ਸਾਡੀਆਂ ਚੋਰੀ ਹੋਈ ਆ ਬੱਕਰੀਆਂ? ਹਾਂਜੀ, ਕੀਤੀ ਹੈ ਜੀ। ਅਤੇ ਕੋਈ ਕਾਰਵਾਈ ਹੋਈ ਸੀ? ਕਾਰਵਾਈ ਇਸ ਤਰ੍ਹਾਂ ਜੀ, ਉਹ ਆਪਣੇ ਦੇ ਕੇ ਦਰਖਾਸਤ ਅਸੀਂ ਵਾਪਸੀ ਆ ਗਏ ਹਾਂ, ਬਾਅਦ ਵਿੱਚ ਉਹ ਭਾਲ ਕਰਦੇ ਰਹੇ, ਨਹੀਂ ਮਿਲੇ ਸਾਨੂੰ, ਮੁਲਾਜ਼ਮ ਵੀ ਕਰਦੇ ਰਹੇ ਆ, ਉਹਨਾਂ ਨੂੰ ਵੀ ਨਹੀਂ ਲੱਭੇ। ਅਤੇ ਅੱਜ ਦੁਬਾਰਾ ਫਿਰ ਸਾਡੀ ਜਦੋਂ ਚੋਰੀ, ਫਿਰ ਅਸੀਂ ਨਿਊ ਗੋਲਡਨ ਐਮ ਨੂੰ ਚੌਂਕ ਦਰਖਾਸਤ ਦਿੱਤੀ ਅਤੇ ਅੱਜ ਇਹ ਸਾਡੇ ਹੱਥ ਲੱਗ ਗਏ। ਕਿੰਨੀਆਂ ਬੱਕਰੀਆਂ ਚੋਰੀ ਹੋ ਗਈਆਂ ਤੁਹਾਡੇ? ਸਾਡੀਆਂ ਕਮ ਸੇ ਕਮ ਜ਼ਿਆਦੀਆਂ ਨੇ 5 ਬੱਕਰੀਆਂ ਚੋਰੀ ਹੋ ਗਈਆਂ। ਕਿੰਨੇ ਬੰਦੇ ਸੀ? 6ਵੀਂ ਯਾਰ ਫੜਿਆ ਗਿਆ ਬੰਦਾ। ਹਾਂ, 6ਵੀਂ ਇਕੱਲਾ ਹੀ ਕਰਦਾ ਸੀ ਬੱਕਰੀਆਂ ਚੋਰੀਆਂ ਜਾਂ ਨਾਲ ਕੋਈ ਹੋਰ ਵੀ? ਨਹੀਂ, ਇਹ 2 ਜਣੇ ਫੜੇ ਆ, ਨਾਲ ਹੋ ਸਕਦਾ ਇਹਨਾਂ ਦਾ ਕੋਈ ਗਰੋਹ ਵੀ ਹੋਵੇ। ਸੋ CCTV ਨੇ ਚੌਕੀਦਾਰ ਨੂੰ ਚੋਰ ਜ਼ਰੂਰ ਸਾਬਿਤ ਕਰ ਦਿੱਤਾ ਅਤੇ ਹੁਣ ਇਹ ਚੋਰ ਪੁਲਿਸ ਦੀ ਗ੍ਰਿਫਤ ਵਿੱਚ ਹੈ। ਪੁਲਿਸ ਆਪਣੀ ਵਰਦੀ 'ਤੇ ਲੱਗ ਰਹੇ ਕਲੰਕ ਦੇ ਕਾਰਨ ਹੁਣ ਇਸ ਪੁਲਿਸ ਮੁਲਾਜ਼ਮ ਨੂੰ ਅੰਮ੍ਰਿਤਸਰ ਦਾ ਨਹੀਂ ਬਲਕਿ ਕਿਸੇ ਹੋਰ ਜ਼ਿਲ੍ਹੇ ਦਾ ਦੱਸ ਰਹੀ ਹੈ। ਬੰਦੇ ਫੜੇ ਗਏ ਨੇ ਜਿਹੜੇ, ਅਤੇ ਇੱਕ ਸਿੰਪਲ ਚੋਰ ਨੇ ਜਿਹੜੇ, ਉਹਨਾਂ 'ਚ ਹਾਂ ਉਹਦੇ 'ਚ ਇੱਕ ਜਿਹੜਾ ਹੈਗਾ ਉਹ ਪਤਾ ਲੱਗਾ ਕਿ ਉਹ ਮੁਲਾਜ਼ਮ ਹੈਗਾ ਕਿਸੇ ਬਾਹਰ ਦੇ ਜ਼ਿਲ੍ਹੇ ਦੇ ਵਿੱਚ, ਅੰਮ੍ਰਿਤਸਰ ਦਾ ਨਹੀਂ ਹੈਗਾ, ਪਰ ਉਹਨੂੰ ਵੈਰੀਫਾਈ ਕਰ ਰਹੇ, ਦੇਖ ਲੈਂਦੇ, ਚੈੱਕ ਕਰ ਲੈਂਦੇ ਵੀ ਕਿੱਥੋਂ ਦਾ ਮੁਲਾਜ਼ਮ ਹੈ, ਮੁਲਾਜ਼ਮ ਹੈ ਕਿ ਨਹੀਂ ਹੈ। ਅਤੇ ਮੈਂ ਤੁਹਾਨੂੰ ਦੱਸ ਰਿਹਾ, ਅਜੇ ਪ੍ਰੀਲਿਮਿਨਰੀ ਅਜੇ ਇਨਫੋਰਮੇਸ਼ਨ ਮਿਲੀ ਹੈ, ਉਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ। ਅਤੇ ਜੇ ਉਹ ਮੁਲਾਜ਼ਮ ਵੀ ਹੋਏਗਾ, ਜੋ ਵੀ ਬਣਦੀ ਕਾਰਵਾਈ ਆਪਾਂ ਜ਼ਰੂਰ ਕੀਤੀ ਜਾਏਗੀ, ਮੁਲਾਜ਼ਮ 'ਤੇ ਜੇ ਉਹਦੀ ਚੋਰੀ ਦਾ ਪਰਚਾ ਉਹ ਵੀ ਉੱਤੇ ਦਰਜ ਕਰ ਦਿੱਤੇ ਜਾਏਗਾ। ਦੇਖੋ ਹੁਣ ਉਹ ਇੱਕ ਦਾ ਜਿਹੜਾ ਪਤਾ ਲੱਗਾ ਹੈ, ਜੇ ਅੱਗੇ ਕੋਈ ਹੋਰ ਚੀਜ਼ ਹੋਏਗੀ ਤਾਂ ਵੈਰੀਫਾਈ ਕੀਤੀ ਜਾਏਗੀ, ਅਤੇ ਜੇ ਨਿਕਲੇਗੀ ਤਾਂ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ, ਨੋ ਪ੍ਰੋਬਲਮ।
ਬਈ ਜ਼ਿਲ੍ਹਾ ਜਿਹੜਾ ਮਰਜ਼ੀ ਹੋਵੇ ਪਰ ਅਸੀਂ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ ਕਿ ਚੌਕੀਦਾਰ ਹੀ ਚੋਰ ਹੈ, ਕਿਉਂਕਿ ਕੱਲ੍ਹ ਵੀ ਸਿਮਰਜੀਤ ਸਿੰਘ ਬੈਂਸ ਵੱਲੋਂ ਚੌਕੀਦਾਰ ਨੂੰ ਹੀ ਚੋਰੀ ਕਰਦਿਆਂ ਫੜਿਆ ਗਿਆ ਅਤੇ ਅੱਜ ਇੱਧਰ ਜਨਾਬ ਬੱਕਰੀਆਂ ਚੋਰੀ ਕਰਦੇ। ਸੋ ਹੁਣ ਤੁਹਾਨੂੰ ਵੀ ਸਮਝ ਜ਼ਰੂਰ ਆ ਗਈ ਹੋਵੇਗੀ ਕਿ ਚੌਕੀਦਾਰ ਹੀ ਚੋਰ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ।